ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਸਟੂਡੈਂਟਸ, ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਖਾਸ ਜਿਹੜੀ ਹੈ ਪੋਸਟਾਂ ਜਿਹੜੀਆਂ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਜਿਹੜੀਆਂ ਪੋਸਟਾਂ ਨੇ ਪ੍ਰੀ ਪ੍ਰਾਇਮਰੀ ਦੀਆਂ ਜੋ ਨਿਕਲਣੀਆਂ ਸੀ, ਉਹ ਪੋਸਟਾਂ ਜੋ ਨੇ ਅੱਜ ਨਿਕਲ ਚੁੱਕੀਆਂ ਨੇ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਰਨਲ ਦੀਆਂ 3200 ਪੋਸਟਾਂ ਨੇ, SC ਦੀਆਂ 840, ST ਜੋ ਹੈ, SC ਜੋ R ਅਤੇ ਉਹ ਹੈ 839 ਨੇ, ਅਤੇ SC ਜੋ M ਅਤੇ B ਉਹ 840 ਨੇ। ਪਛੜੀਆਂ ਸ਼੍ਰੇਣੀਆਂ ਦੀ 839 ਪੋਸਟਾਂ ਨੇ, ਅਤੇ ਜੋ EWS ਦੀਆਂ ਪੋਸਟਾਂ ਨੇ ਉਹ ਵੀ 839 ਨੇ। ਸੋ ਇਹ ਪੋਸਟਾਂ ਜਿਹੜੀਆਂ ਨੇ ਕੱਢੀਆਂ ਗਈਆਂ ਨੇ। ਇਸ ਦੀ ਜੋ ਕੁਆਲੀਫਿਕੇਸ਼ਨ ਹੈ ਉਹ ਹੈ ਜੀ, ਇੱਕ ਤਾਂ ਤੁਹਾਡੀ 12ਵੀਂ ਪਾਸ ਹੋਣੀ ਚਾਹੀਦੀ ਹੈ ਕਿਸੇ ਵੀ ਬੋਰਡ ਤੋਂ 45% ਨੰਬਰ ਨਾਲ, ਡਿਪਲੋਮਾ ਸਰਟੀਫਿਕੇਟ ਇਨ ਨਰਸਰੀ ਟੀਚਰ ਟ੍ਰੇਨਿੰਗ ਪ੍ਰੋਗਰਾਮ 1 ਸਾਲ ਤੋਂ ਘੱਟ ਦਾ ਨਹੀਂ ਹੋਣਾ ਚਾਹੀਦਾ, ਜਾਂ ਕੋਈ ਹੋਰ ਕੋਰਸ ਜੋ ਇਹਦੇ ਬਰਾਬਰ ਹੋਵੇ। ਸੰਭਾਵਿਤ ਉਮੀਦਵਾਰ ਨੂੰ ਲਾਜ਼ਮੀ ਜਾਂ ਚੋਣਵੇਂ ਵਿਸ਼ਿਆਂ ਵਿੱਚੋਂ ਪੰਜਾਬੀ ਨਾਲ 10ਵੀਂ ਦੀ ਪ੍ਰੀਖਿਆ ਜਿਹੜੀ ਉਹ ਪਾਸ ਕੀਤੀ ਹੋਈ ਹੋਣੀ ਚਾਹੀਦੀ ਹੈ। ਇਹਨਾਂ ਅਸਾਮੀਆਂ ਦੀ ਭਰਤੀ ਕਰਨ ਸੰਬੰਧੀ ਸਟੇਟ ਪੱਧਰ ਅਤੇ 100 ਅੰਕ ਦਾ ਇੱਕ ਲਿਖਤੀ ਟੈਸਟ ਲਿਆ ਜਾਊਗਾ, ਅਤੇ ਇਹਨਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਵਿੱਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਜਿਹੜੇ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਨੂੰ ਵਿੱਚ ਕੀਤਾ ਜਾਏਗਾ ਜਾਂ ਲਿੱਤਾ ਜਾਏਗਾ। ਇਹਦੇ ਵਿੱਚ ਐਜੂਕੇਸ਼ਨ ਪ੍ਰੋਵਾਈਡਰਸ, ECG ਵਲੰਟੀਅਰ, AIE ਵਲੰਟੀਅਰ, ਸਪੈਸ਼ਲ ਟ੍ਰੇਨਿੰਗ ਰਿਸੋਰਸ ਵਲੰਟੀਅਰ ਸਾਰੇ ਜਿਹੜੇ ਜਾਰੀ ਕੀਤੇ ਜਾਣਗੇ, ਅਤੇ 1-1 ਨੰਬਰ ਦੀ ਪਰ ਈਅਰ ਗ੍ਰੇਸ ਵੀ ਹੋਏਗੀ। ਅਗਰ ਤੁਹਾਡੀ ਗ੍ਰੈਜੂਏਸ਼ਨ ਹੈ 60% ਤੋਂ ਉੱਤੇ ਨੰਬਰ ਨੇ ਤਾਂ 5 ਨੰਬਰ ਤੁਹਾਨੂੰ ਮੈਰਿਟ ਦੇ ਵਿੱਚ ਮਿਲਣਗੇ। ਅਤੇ ਇਹ ਸਾਰੀ ਦੀ ਸਾਰੀ ਜਿਹੜੀ ਪੋਸਟਾਂ ਤੁਸੀਂ ਦੇਖ ਸਕਦੇ ਹੋ, ਪੇ ਸਕੇਲ ਜਿਹੜਾ ਹੈ ਅਹੁਦਿਆਂ ਲਈ ਵਿੱਤ ਵਿਭਾਗ ਦੁਆਰਾ ਨਿਰਧਾਰਿਤ ਹੋਏਗਾ। ਸੋ ਇਹ ਜਿਹੜਾ ਹੈ ਜੀ ਨਿਕਲਿਆ ਹੈ। ਫੀਸ ਜੋ ਹੈ ਜਰਨਲ ਅਤੇ BC ਲਈ 1000 ਰੁਪਏ ਹੈ, SC ST ਲਈ 500 ਰੁਪਏ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ। ਨੋਟਿਸ ਜੋ ਅੱਜ ਕੀ ਪੈ ਚੁੱਕਿਆ ਹੈ, ਸਿੱਖਿਆ ਵਿਭਾਗ ਦੇ ਵਿੱਚ ਬਹੁਤ ਹੀ ਵੱਡੀ ਭਰਤੀ, 8000 ਭਰਤੀਆਂ ਜੋ ਨੇ ਉਹ NTT ਦੇ ਬੇਸ 'ਤੇ ਨਿਕਲੀਆਂ ਨੇ। ਸੋ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਜੇ ਜਾਣਕਾਰੀ ਚੰਗੀ ਲੱਗੀ ਹੈ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ, ਅਤੇ ਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਇਹਦੀ ਜਿਹੜੀ ਜਾਣਕਾਰੀ ਉਹ ਮਿਲ ਸਕੇ। ਧੰਨਵਾਦ, ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਨਵੀਂ ਵੀਡੀਓ, ਨਵੀਂ ਅਪਡੇਟ ਦੇ ਨਾਲ।